ਰਹਿ ਬਹਿੰਗਮ ਕਥਾ ਨ ਜਾਈ ਗਏ ਗਗਨ ਰਹਾਏ। ਇਹ ਜਦੋਂ ਖੋੜ ਵਿੱਚ ਹਿਰਦੇ ਵਿੱਚ ਬਣ ਟਿਕ ਜਾਂਦਾ ਹੈ ਫਿਰ ਇਹਨੂੰ ਬਹਿੰਗਮ ਕਹਿੰਦੇ ਨੇ। ਇਹ ਬਹਿੰਗਮ ਹੈ, ਬਹਿੰਗਮ ਕਹਿੰਦੇ ਨੇ ਜਿਹੜਾ ਕਿਤੇ ਗਮਨ ਨਹੀਂ ਕਰਦਾ। ਜਾਂਦਾ ਨੀ ਕਿਤੇ, ਟਿਕਿਆ ਰਹਿੰਦਾ। ਰਹਿ ਬਹਿੰਗਮ, ਗਮ ਤੋਂ ਵਿਹੀਨ ਰਹਿੰਦਾ, ਕੋਈ ਚਿੰਤਾ ਹੀ ਨਹੀਂ, ਅਚਿੰਤਾ ਵਸਤਾ ਰਹਿੰਦਾ। ਤੁਰਦਾ ਫਿਰਦਾ ਉਹ ਨੀ ਜੋ ਕਿ ਚਿੰਤਾ ਹੋਵੇ, ਕੋਈ ਲੋੜ ਹੋਵੇ, ਜਿਹਨੂੰ ਕੋਈ ਲੋੜ ਹੀ ਨਹੀਂ, ਚਿੰਤਾ ਹੀ ਨਹੀਂ, ਕਿਉਂ ਜਾਊ ਕਿਤੇ ਜਿਹਦੀ ਕੋਈ ਲੋੜ ਨਹੀਂ, ਕਿਸੇ ਲੋੜ ਦੀ ਉਹਨੂੰ ਚਿੰਤਾ ਨਹੀਂ। ਉਹ ਬਹਿਮਮ ਰਹਿ ਬਹਿਮਮ ਕਾਤੇ ਨਾ ਜਾਏ, ਕਿਤੇ ਜਾਂਦਾ ਨਹੀਂ। ਇਹ ਬਹਿਮਮ ਕਹਿੰਦੇ ਨੇ ਜਿਹੜੇ ਉਹੀ ਗੁਰਿਆ ਕਮਰਿਆਂ ਨੂੰ, ਜਿਹਦੇ ਕੋਲ ਕੋਈ ਜਾਇਦਾਦ ਨਾ ਹੋਵੇ, ਕੋਈ ਰੋਟੀ ਦਾ ਸਾਧਨ ਨਾ ਹੋਵੇ, ਉਹ ਬਹਿਮਮ ਹੋ ਗਿਆ। ਇਹ ਗਲਤ ਅਰਥ ਲਾਏ ਹੋਏ ਨੇ ਲੋਕਾਂ ਨੇ। ਰਹਿ ਬਹਿਮਮ ਟਿਕਿਆ ਹੋਇਆ ਜਿਹੜਾ ਹੈ, ਸ਼ਾਂਤ ਹੋਇਆ ਹੋਇਆ ਮਨ ਹੈ, ਜੀਵਨ ਮੁਕਤ ਅਵਸਥਾ ਹੈ। ਜੀਵਨ ਮੁਕਤ ਅਵਸਥਾ ਵਾਲਾ ਜਿਹੜਾ ਹੈ ਵਿਅਕਤੀ, ਉਹਨੂੰ ਲੋੜ ਨਹੀਂ ਹੈ ਕਿਤੇ ਜਾਣ ਦੀ। ਆ ਜਿਹੜੇ ਤੀਰਥ ਨੇ, ਗੁਰਦੁਆਰੇ ਨੇ, ਬੇਮਾਨੀ ਹੋ ਗਈ ਉਹਦੇ ਵਾਸਤੇ, ਜਾਂਦਾ ਹੀ ਨਹੀਂ ਕਿਤੇ। ਕਬੀਰ ਵਾਸਤੇ ਤੀਰਥ ਸਾਰੇ ਬੇਮਾਨੀ ਹੋ ਗਏ, ਮੰਦਰ ਬੇਮਾਨੀ ਹੋ ਗਏ। ਜਿਹਦੇ ਵਾਸਤੇ ਮਨ ਮੰਦਰ ਹੈ, ਉਹ ਬਾਹਰ ਮੰਦਰ ਕੀ ਕਰੂਗਾ? ਜਦ ਕਹਿੰਦੇ ਸਭ ਕੁਛ ਘਰ ਮੇ ਬਾਹਰ ਨਾ ਹੀ, ਬਾਹਰ ਟੋਲੇ, ਬਾਹਰ ਟੋਲੋਂ ਕੁਛ ਨਹੀਂ ਜਾਂਦਾ, ਉਹਨੂੰ ਪਤਾ ਅੰਦਰ ਹੀ ਹੈ ਸਭ ਕੁਛ। ਜਿਹੜਾ ਅੰਦਰ ਸਭ ਕੁਛ ਹੈ, ਸਭ ਕੁਛ ਇਹਨੇ ਅੰਦਰੋਂ ਪ੍ਰਾਪਤ ਕਰ ਲਿਆ, ਉਹ ਬਹਿੰਦਾ ਮੈਂ। ਜਿਹਨੂੰ ਸਭ ਕੁਛ ਅੰਦਰੋਂ ਮਿਲ ਗਿਆ, ਉਹ ਬਹਿੰਦਾ ਮੈਂ, ਕਾਤੇ ਨਾ ਜਾਈ। ਉਹਦੇ ਵਾਸਤੇ ਅਕਾਲ ਤਖ਼ਤ ਦੀ, ਸੱਚਖੰਡ ਹਜ਼ੂਰ ਸਾਹਿਬ ਦੀ ਪੜ੍ਹਨ ਕੋਈ ਵੈਲਿਊ ਨਹੀਂ ਹੈ ਹੇਮਕੁੰਟ ਦੀ। ਇਹਨਾਂ ਲੋਕਾਂ ਖਾਤਰ ਹੈ ਵੈਲਿਊ, ਜਿਹੜੇ ਬਾਹਰੋਂ ਟੋਲਦੇ ਨੇ। ਰਹੇ ਬਹਿਮਮ ਕਾਤੇ ਨਾ ਜਾਈ, ਕਿਤੇ ਨਹੀਂ ਜਾਣ ਦੀ ਲੋੜ, ਉਹਨੂੰ ਸਭ ਕੁਛ ਘਰ ਦੇ ਵਿੱਚ ਆ, ਉੱਥੋਂ ਉਹਨੂੰ ਪ੍ਰਾਪਤ ਵੀ ਹੋ ਗਿਆ। ਅਗਾਇਕ ਹੈ, ਅਗਾਇਕ ਕੀ ਹੈ? ਨਾ ਫੜਨ ਵਾਲੀ ਚੀਜ਼ ਸੀ ਜਿਹੜੀ ਉਹਨੇ ਫੜ ਲਈ, ਨਾ ਪਕੜ ਚਾਉਣੇ ਵਾਲਾ ਆਪਣਾ ਮਨ ਹੈ, ਮਨੇ ਨਹੀਂ ਪਕੜਿਆ ਜਾਂਦਾ, ਉਹਨੇ ਮਨ ਪਕੜ ਲਿਆ ਆਪਣਾ, ਉਹਦੀ ਬੁੱਧੀ ਨੇ ਮਨ ਪਕੜ ਲਿਆ। ਅਗਾਇਆ ਹੈ ਮਨ, ਅਗਾਇਆ ਗਹਿ ਮਨ ਫੜ ਲਿਆ, ਮਨੇ ਲੈ ਕੇ ਭਜਦਾ ਸੀ ਕਿਤੇ। ਗਹਿ ਗਗਨ ਰਹਾਈ, ਉਹ ਗਗਨ ਵਿੱਚ ਰਹਿੰਦੀ ਹੈ, ਉਹਨੂੰ ਫੜ ਕੇ ਗਗਨ ਨਾਲ ਜੁੜ ਗਈ, ਜਾਣ ਦੀ ਲੋੜੇ ਨਹੀਂ। ਸਰੀਰ ਨਾਲ ਸੰਬੰਧ ਕੋਈ ਨਹੀਂ, ਗਗਨ ਨਾਲ ਸੰਬੰਧ, ਹਿਰਦੇ ਦੇ ਗਗਨ ਚ ਹੈ ਉਹ। ਸਾਰੀ ਦੁਨੀਆ ਅੰਦਰ ਹੈ, ਬਾਹਰ ਕੁਛ ਵੀ ਨਹੀਂ। ਬ੍ਰਹਮ ਗਿਆਨੀ ਕੇ ਮਨ ਪ੍ਰਗਾਸ, ਜੈਸੇ ਤਾਰੂ ਪਰ ਆਕਾਸ, ਤਾਰੂ ਪਰ ਆਕਾਸ ਤਾਂ ਉਹਦਾ ਸਰੀਰ ਆਪਣਾ ਹੀ ਹੈ, ਸਭ ਕੁਛ ਉਹਦੇ ਅੰਦਰ ਹੀ, ਉਹਨੂੰ ਚਾਹੀਦਾ ਸੀ, ਉਹਦੇ ਅੰਦਰ ਹੈ ਸਾਰੀ ਦੁਨੀਆ। ਜਿਹਦੇ ਦੁਨੀਆ ਬਾਹਰ ਹੈ, ਬਾਹਰ ਭੱਜਦਾ, ਜਿਹਦੇ ਦੁਨੀਆ ਅੰਦਰ ਹੈ, ਉਹਨੂੰ ਜਾਣ ਦੀ ਕਿਤੇ ਕੀ ਲੋੜ ਹੈ?
ਰਾਮਚੰਦਰ ਭੱਜਦਾ ਸੋਨੇ ਦੀ ਮਗਰ ਮਿਰਗ ਦੀ ਮਗਰ, ਬੁੱਧੀਵਾਨ ਹੈ, ਸੋਨੇ ਦਾ ਮਗਰ ਹੈ, ਮਿਰਗ ਹੈ ਲਾਲਚ, ਇਹ ਤ੍ਰਿਸ਼ਨਾ ਸੋਨੇ ਦਾ ਮਿਰਗ ਹੈ, ਮਾਇਆ ਦੀ ਭੁੱਖ ਸੋਨੇ ਦਾ ਮਿਰਗ ਹੈ, ਸੋਨੇ ਦਾ ਮਿਰਗ ਮਗਰ ਭੱਜਦਾ ਤਾਂ ਹੀ ਤਾਂ ਅਸ਼ਮੇ ਦੀ ਯੱਗ ਕੀਤਾ, ਅਸ਼ਮੇ ਯੱਗ ਕਰਨ ਦੀ ਕੀ ਲੋੜ ਪਈ ਸੀ, ਅਸ਼ਮੇ ਦੀ ਯੱਗ ਕੀਤਾ ਪਰ ਪਹਿਚਾਣ ਵੀ ਨਹੀਂ ਸਕਿਆ ਵੀ ਸੋਨੇ ਦਾ ਮਿਰਗ ਹੁੰਦਾ ਨਹੀਂ, ਮੇਰੇ ਨੇ ਛੜ ਕੀਤਾ ਹੈ, ਭਗਵਾਨ ਨੂੰ ਇਹ ਵੀ ਨਹੀਂ ਪਤਾ ਲੱਗਿਆ ਛੜ ਹੱਥ ਹੋ ਗਈ, ਉਹਨੂੰ ਤਾਂ ਛੜ ਦਾ ਵੀ ਨਹੀਂ ਪਤਾ ਲੱਗਿਆ, ਇਹਦਾ ਤਾਂ ਕ੍ਰਿਸ਼ਨ ਚੰਗਾ ਛੜੀਆ ਹੈ, ਕ੍ਰਿਸ਼ਨ ਨੂੰ ਛੜੀਆ ਕਹਿੰਦੇ ਨੇ, ਪਰ ਕ੍ਰਿਸ਼ਨ 14 ਕਲਾ ਮੰਨੇ ਹੈ ਨਾ 16 ਕਲਾ ਮੰਨੇ ਹੈ, ਰਾਮਚੰਦਰ 14 ਕਲਾ ਮੰਨੇ ਹੈ, ਬੜਾ 14 ਕਲਾ ਮੰਨਿਆ ਹੋਇਆ ਤੁਹਾਡੇ, 16 ਕਲਾ ਵਾਲੇ ਦੇ ਸਾਹਮਣੇ ਉਹਦੀ ਗੱਲ ਕਿਉਂ ਨਹੀਂ ਕਰਦੇ, 16 ਕਲਾ ਵਾਲੇ ਦੀ 14 ਕਲਾ ਵਾਲੇ ਦੀ ਕਿਉਂ ਗੱਲ ਕਰਦੇ ਹੋ, ਕਿਉਂਕਿ ਸਿਮਰਤ ਸ਼ਾਸਤਰਾਂ ਦੇ ਖਿਲਾਫ, ਕ੍ਰਿਸ਼ਨ ਪੰਡਿਤ ਦੇ ਖਿਲਾਫ, ਉਹ ਵੇਦ ਦੀ ਗੱਲ ਕਰਦਾ ਤਾਂ ਨਹੀਂ ਉਹਦੀ ਕਰਦੇ, ਉਹ ਪੁੰਨ ਪਾਪ ਨੂੰ ਨਹੀਂ ਮੰਨਦਾ, ਦੁਕਾਨਦਾਰੀ ਨਹੀਂ ਚੱਲਣ ਦਿੰਦਾ ਤੁਹਾਡੀ, ਤਾਂ ਉਹਦੇ ਖਿਲਾਫ ਹੈ, ਮਨ ਨੂੰ ਆਪਣੇ ਨੂੰ ਕਾਬੂ ਕਰ ਲੈਂਦੇ ਹੈ, ਉਹਦੀ ਬੁੱਧ ਮਨ ਕਾਬੂ ਕਰ ਲੈਂਦੀ ਹੈ, ਵਿਵੇਕ ਬੁੱਧ ਮਨ ਨੂੰ ਕਾਬੂ ਕਰਕੇ ਫੜ ਕੇ ਰੱਖਦੀ ਹੈ, ਕਹਿ ਗਗਨ ਰਹਾਈ, ਤਿਰਕੁਟੀ ਛੱਡ ਕੇ ਗਗਨ ਚਲੀ ਗਈ, ਹਿਰਦੇ ਹੀ ਗਗਨ ਹੋ ਗਿਆ, ਹਿਰਦੇ ਚ ਜਿਹੜੀ ਆਵਾਜ਼ ਆ ਗਗਨ ਦਮਾਮਾ ਵਾਜਿਆ, ਇੱਥੇ ਹੀ ਦਮਾਮਾ, ਫਿਰ ਗੰਗਾ ਉਸੇ ਕੱਗਾ ਕਹਿਤੇ ਹੈ ਪੰਜਾਬੀ ਮੇ, ਕੱਗਾ ਕੱਟ ਕੱਟ ਨਿਮਸ ਸੋਈ, ਤੇ ਹਰ ਘੱਟ ਮੇ ਵੋਈ ਹੈ, ਘੱਟ ਘੱਟ ਮੇ ਹਰ ਜੂ ਵਸਾ, ਇਸ ਕੀ ਵਿਆਖਿਆ ਹੀ ਹੈ, ਹਰ ਹਿਰਦੇ ਮੇ ਉਹ ਆਪ ਹੀ ਹੈ, ਵੋਈ ਏਕ ਹੀ ਜੋਤ ਹੈ, ਸਭ ਏਕ ਹੀ ਜੋਤ ਹੈ, ਸੇਮ ਜੋਤ ਹੈ, ਏਕ ਨਹੀਂ ਹੈ, ਸੇਮ ਹੈ, ਵਨ ਨਹੀਂ ਸੇਮ, ਜਦ ਮੱਕਾ ਕਾ ਖੇਤ ਹੈ, ਮੱਕਾ ਕੀ ਇੱਕ ਬੋਰੀ ਬੋਈ ਤੀ ਹਮਨੇ, ਉਸਕਾ ਨਾਮ ਮੱਕਾ, ਯਾ ਹਰ ਪੇੜ ਵੈਸਾ ਹੀ ਹੈ, ਐਸੇ ਏਕ ਹੀ ਬਾਤ ਹੈ, ਏਕ ਹੀ ਹੈ, ਵਨ ਨਹੀਂ ਹੈ, ਸੇਮ ਹੈ, ਏਕ ਕਾ ਮਤਲਬ ਵਹੀ, ਸੇਮ ਐਸਾ, ਜੈਸਾ ਵੋ ਹੈ ਵੈਸਾ ਹੀ, ਹਰ ਹਿਰਦੇ ਮੇ ਹਰ ਜੂ ਹੈ, ਘੱਟ ਘੱਟ ਨਿਮਸ ਸੋਈ, ਨਿਵਾਸ ਕਰ ਰਿਹਾ ਹਰ ਘੱਟ ਮੇ ਹੋਈ, ਆਹ ਜਬ ਘੱਟ ਫੂਟਤਾ ਹੈ ਨਾ, ਸਰੀਰ ਛੂਟਤਾ ਹੈ, ਤੋ ਜਿਤਨੀ ਬੁੱਧ ਹਮੇ ਹੋਤੀ ਹੈ, ਜਿਤਨਾ ਗਿਆਨ ਹੋਤਾ ਹੈ, ਜਿਤਨੀ ਰੋਸ਼ਨੀ ਹੋਤੀ ਹੈ, ਉਤਨੀ ਹੀ ਰਹਿਤੀ ਹੈ, ਕੰਮ ਨਹੀਂ ਹੋਤੀ, ਕੰਮ ਕਬ ਹੋਤੀ ਹੈ, ਜਬ ਹਮਾਰੇ ਪਾਸ ਸਰੀਰ ਹੈ, ਇਹ ਕੰਮ ਵੀ ਹੋ ਜਾਤੀ ਹੈ, ਬੜਾਈ ਵੀ ਜਾ ਸਕਤੀ ਹੈ, ਆਪ ਗੁਣੋਂ ਸੇ ਕੰਮ ਹੋ ਜਾਏਗੀ, ਗੁਣੋਂ ਸੇ ਰੋਸ਼ਨੀ ਤੇਜ਼ ਹੋ ਜਾਏਗੀ, ਚਾਹੇ ਇਸੇ ਮੰਦ ਕਰ ਲਓ ਬੁੱਧੀ ਕੋ, ਚਾਹੇ ਬੁੱਧੀ ਕੋ ਤੀਕਸ਼ਣ ਕਰ ਲਓ, ਤੇਜ਼ ਕਰ ਲਓ, ਇਹ ਤੁਹਾਰੇ ਹੱਥ ਮੇ ਹੈ, ਪਰ ਹੋਗੀ ਜਬ ਜਬ ਤੱਕ ਤੁਹਾਰੇ ਪਾਸ ਸਰੀਰ ਹੈ, ਸਰੀਰ ਮੇ ਰਹਿਤੇ ਰਹਿਤੇ ਹਮ ਕੁਛ
प्राप्त भी कर सकते हैं और कुछ खो भी सकते हैं। नफा भी है, नुकसान भी है, शरीर में है। शरीर के बाद जितना तुम्हारे पास ज्ञान है, बुद्ध है, वैसी की वैसी रहेगी, कम नहीं होगी। मरने से बुद्ध का नाश नहीं होता। नाश तो जिंदा लोग जो हैं जीवन में ही नाश करते हैं। कैसे करते हैं? जब माया को जो जो माया जड़ है उसकी पूजा करने लगते हैं, माया की कीमत निराकार से माया की कीमत ज्यादा हो जाती है हमारे दिमाग में, तो बुद्धि नाश हो जाती है। माया की दौड़ में लग जाते हैं तो बुद्धि नाश हो जाती है। विवेक बुद्धि का विवेक भी मलिन हो जाता है। बुद्धि का नाश नहीं होता, जो वो बुद्धि है वो मलिन बुद्धि है, माया की बुद्धि विवेक भी मलिन हो जाता है। अविद्या से हित कीन, अदो अविद्या से हित कीन, विवेक भी मलिन। सिमृत शास्त्र की पढ़ाई जो है और जो दुनिया के दूसरे निचली दर्जे के जो ग्रंथ हैं, विचारधाराएं हैं, उनकी जो पढ़ाई है वो बुद्धि मलिन कर देती है, विवेक कम कर देती है, उससे कमी की तरफ जाता है। वो जिंदा ही होगा, मरे के बाद तो होता नहीं। काट फूटे काट काबू होना हो, घट के फूटने से काट का मतलब कम, कम नहीं होता ज्ञान तुम्हारा, तुम्हारा विवेक कम नहीं हो जाएगा मरने से। अगले जन्म में वहीं से फिर शुरू होगा विवेक। जैसी बुद्ध अब छोड़ोगे वैसी तुम्हें मिल जाएगी, उसे लेकर फिर आगे गुजरोगे। हाँ, जब कभी अपने जीवन में कोई आदमी हृदय में जो जाके कोई चीज धर्म समझता है, अपने हृदय में टेक के कोई चीज समझता है, अगर वहां वो घाट का पता लग जाए, जिस रास्ते हम यहां से परलोक का घाट है, इस लोक से परलोक का जो पुल है उसकी समझ आ जाए, वो कौन है पुल? वो गुरुमुख है कोई, गुरु को बांधे उसे विधाते चेतु पुल होता है, वो पुल ही घाट है। जो लंका को पुल लगाया था वही घाट है। लंका स्वर्ण है, वो बातें आ रही हैं, ये लंका सोने की नहीं थी, इसका मतलब रामायण का कुछ मतलब भी आ रहा है, किसी राम की कहानी ये है ही नहीं। राम की कहानी कहाँ है? ये तो तुमने बना ली। बुद्धिहीनों की कहानी और है, बुद्धि वालों की कहानी और है। तो लोक प्रलोक का पुल है राम ने जो बनाया है, लोक प्रलोक का पुल है। त्रिकुटी से हृदय तक का सब पुल है ये। एक बलेंडा एक
ਪਿਲਰ ਮਨ ਹੈ, ਇੱਕ ਪਿਲਰ ਚਿੱਤ ਹੈ, ਦੋਨੋਂ ਪੇ ਜੋ ਕਨੈਕਸ਼ਨ ਹੈ ਦੋਨੋਂ ਕਾ ਵਹੀ ਤੋ ਪੁੜ ਹੈ, ਦੋ ਪਿਲਰ ਹੈ, ਉਸਕੇ ਬਗੈਰ ਪੁੜ ਬਣਤਾ ਹੀ ਨਹੀਂ। ਔਰ ਬਾਕੀ ਔਰ ਹੀ ਬਣਾ ਦੇ ਤੈ ਘੱਟ ਮੈਂ ਉਸ ਕਭੀ ਕੋਈ ਆਦਮੀ ਆਪਣੇ ਜੀਵਨ ਮੈਂ ਘੱਟ ਮੈਂ ਰਹਿਤਾ ਹੁਆ ਹਿਰਦੇ ਮੈਂ ਰਹਿਤਾ ਹੁਆ ਟਿਕਾ ਹੁਆ ਉਸੇ ਪਤਾ ਲੱਗ ਜਾਏ ਕਿ ਯਹਾਂ ਸੇ ਨਿਕਲਣੇ ਕਾ ਰਾਸਤਾ ਕੌਣ ਹੈ, ਛੁੱਟਣੇ ਕੀ ਵਿਧੀ ਕਿਆ ਹੈ, ਫਾਂਸਣ ਕੀ ਵਿਧੀ ਸਭ ਕੋ ਜਾਣਾ, ਸਭੀ ਜਾਣਦੇ ਫਾਂਸਣ ਕੀ ਵਿਧੀ, ਛੁੱਟਣੇ ਕੀ ਵਿਧੀ ਕੈਸੀ ਹੈ, ਛੂਟਣੇ ਕੀ ਵਿਧੀ ਹੀ ਕਬੀਰ ਨੇ ਜਾਣੀ ਹੈ। ਕਬੀਰ ਆਪਣੀ ਬਾਤ ਕਰ ਰਹੇ ਹੈ ਕਿ ਮੇਰੀ ਤਰ੍ਹਾਂ ਆਪਣੇ ਜੀਵਨ ਮੈਂ ਆਪਣੇ ਹਿਰਦੇ ਮੈਂ ਟਿਕ ਕੇ ਕੋਈ ਖੋਜ ਕਰਤਾ ਕਰਤਾ ਉਸ ਭੇਦ ਕੋ ਪਾਲ ਸਮਝ ਲੇ, ਮੁਕਤ ਦੁਆਰਾ ਉਸੇ ਮਿਲ ਜਾਏ, ਗੁਰਦੁਆਰਾ ਉਸੇ ਮਿਲ ਜਾਏ, ਨਿਕਲਣੇ ਕਾ ਰਾਸਤਾ ਛੁੱਟਣੇ ਕੀ ਵਿਧੀ ਸਮਝ ਮੈਂ ਆ ਜਾਏ, ਤਬ ਕਿਆ ਹੋਤਾ ਹੈ, ਤਬ ਉਹ ਇਸ ਉਸ ਘਾਟ ਸੇ ਪਰੇ ਨਿਕਲ ਜਾਂਦਾ ਹੈ, ਵਾਪਸ ਆਤਾ ਹੀ ਨਹੀਂ, ਤਬ ਉਹ ਸੰਸਾਰ ਛੋੜ ਕੇ ਉਸ ਰਾਸਤੇ ਨਿਕਲ ਜਾਂਦਾ ਹੈ, ਉਹ ਇਸ ਵਾਪਸ ਨਹੀਂ ਆਤਾ ਫਿਰ ਇਸ ਦੁਨੀਆਂ ਮੈਂ। ਸਰੀਰ ਕਰਕੇ ਚਾਹੇ ਉਹ ਦੁਨੀਆਂ ਕੋ ਲਗਤਾ ਹੈ ਕਿ ਉਹ ਜਿੰਦਾ ਹੈ, ਪਰ ਵਹੀ ਸੇ ਪਲੇ ਪਾਰ ਸੇ ਆਪਣੇ ਪੱਲੇ ਪਰ ਰਹਿਤਾ ਹੁਆ ਵੀ ਆਪਣੇ ਧਿਆਨ ਸੇ ਸਰੀਰ ਕੋ ਜਿੰਦਾ ਰੱਖਤਾ ਹੈ, ਸਰੀਰ ਕਾ ਧਿਆਨ ਹੀ ਧਿਆਨ ਹੈ ਜਿੰਦਾ ਰਹਿਣੇ ਕੇ ਲੀਏ, ਕਿਉਂ ਸਰੀਰ ਤੋਂ ਉਸਨੇ ਕੰਮ ਲੈਣਾ ਬੋਲਣੇ ਤੋਂ, ਕੁਛ ਕਹਿਣੇ ਕਾ ਕੁਛ ਕਰਨੇ ਕਾ, ਇਸ ਲਈ ਸਰੀਰ ਕੀ ਜ਼ਰੂਰਤ ਹੈ, ਉਹ ਕਰਨਾ ਕਿਆ ਹੈ, ਕਰਨੇ ਕੇ ਲੀਏ ਸੇਵਾ, ਸੇਵਾ ਕੋ ਦੋ ਭਲੇ, ਇੱਕ ਸੰਤ ਇੱਕ ਰਾਮ, ਇੱਕ ਤਾਂ ਸੰਤ ਹੈ ਮਨ ਸ਼ਾਂਤ ਹੋਊਗਾ, ਇੱਕ ਰਾਮ ਹੈ, ਦੋਨੋਂ ਨੇ ਪਿੱਲਰ ਹੈ, ਦੋਨੋਂ ਪਿੱਲਰ ਹੈ ਪੁੜ ਲਗਾ ਦੀਆ, ਦੁਨੀਆਂ ਪਾਰ ਹੋ ਗਈ, ਅਤੇ ਸੇਵਾ ਕਰਦੇ ਆਪ ਤੋਂ ਪਿੱਲਰ ਕੀ ਜਗ੍ਹਾ ਖੜ੍ਹੇ ਹੈ, ਦੋਨੋਂ ਖੜ੍ਹੇ ਹੈ ਪਿੱਲਰ, ਮਨ ਵੀ ਪਿੱਲਰ ਹੈ, ਰਾਮ ਵੀ ਪਿੱਲਰ ਹੈ, ਰਾਮ ਚਿੱਤ ਹੈ ਉਹ ਵੀ ਪਿੱਲਰ ਹੈ, ਪਿੱਲਰ ਕਾ ਹੀ ਕੰਮ ਕਰਦੇ ਹੈ, ਦੋਨੋਂ ਕਾ ਕਨੈਕਸ਼ਨ ਹੈ, ਕਨੈਕਸ਼ਨ ਕਿਆ, ਪ੍ਰੇਮ ਕਾ ਉੱਪਰ ਰੱਸੀ ਹੈ ਡੋਰੀ ਹੈ ਦੋਨੋਂ ਮੇਂ, ਉਸ ਪ੍ਰੇਮ ਕੀ ਡੋਰੀ ਸੇ ਪਾਰ ਕਰਤੇ ਹੈ, ਜੋ ਪ੍ਰੇਮ ਕੀ ਡੋਰੀ ਪਕੜ ਲੇਤਾ ਹੈ, ਪ੍ਰੇਮ ਭਗਤੀ ਜਾਣ ਲੇਤਾ ਹੈ, ਉਸੇ ਪਾਰ ਕਰਤੇ ਹੈ, ਗਿਆਨ ਕੀ ਡੋਰੀ ਹੈ, ਪ੍ਰੇਮ ਕੀ ਡੋਰੀ ਹੈ, ਗੁਰਮੁਖੀ ਗਿਆਨ ਡੋਰੀ ਪ੍ਰਭ ਪਕੜੀ, ਚਿੰਨ ਖਿੰਚੈ ਤਨ ਜਾਈਏ, ਗਿਆਨ ਕੀ ਡੋਰੀ ਪਕੜ ਕੇ ਖੈਂਚ ਕੇ ਪਾਰ ਕਰ ਦਿੱਤੇ, ਇਹ ਬਾਤ ਕਹਿ ਰਿਹਾ ਕਬੀਰ, ਜਿਸੇ ਪਤਾ ਲੱਗ ਜਾਏਗਾ ਕੈਸੇ ਪਾਰ ਹੋਣਾ ਹੈ, ਤੋ ਗੁਰਮੁਖ ਖੁਦ ਹੀ ਇੱਕ ਪੁਲ ਕਾ ਕੰਮ ਕਰਤਾ ਹੈ, ਇੱਕ ਪੌਂ ਇਸ ਸੰਸਾਰ ਮੈਂ ਹੈ ਉਸਕਾ, ਇੱਕ ਪੌਂ ਨਿਰਾਕਾਰੀ ਪਹਿਲੇ ਵੀ ਐਸਾ ਹੀ ਥਾ,
आधा संसार में है आधा आधा संसारी दुनिया में आधा निराकारी दुनिया में आधा त्रिकुटी में आधा हृदय में हृदय में निराकारी दुनिया यही घाटा है त्रिकुटी से पकड़ो नीचे ले आओ त्रिकुटी वाले को नीचे ले आओ त्रिकुटी वाले को नीचे ले आओ यही तो पार है और पार क्या है त्रिकुटी वाले को नीचे त्रिकुटी वाले को नीचे कैसे आना वो बता दिया यही घाट है कंठ घाट है जहां कंठ चक्कर है घाट है कंठ से नीचे जब भी नींद आ जाती है त्रिकुटी छुड़ जाती है जो कंठ चक्कर है यहाँ घाट है कंठ से नीचे है नीचे योगी भी ये समझते हैं इस बात को फिर अब कट क्यों जाएगा वो फिर ऊपर फिर त्रिकुटी कुटी में क्यों जाएगा नीचे आके वो नहीं जाता फिर जो नीचे आ जाए जैसे शांति मिल जाए जैसे ज्ञान हो जाए कर्ण मिल जाए वो क्यों जाएगा वो आज तक कोई वापस गया ही बताओ कौन गया